हरप्रीत जी जिहड़ा तुसीं काम कर रहे हो कौन तो कर रहे हो? ਵਧੀਆ ਗੁਜ਼ਾਰਾ ਹੋ ਜਾਂਦਾ। ਹਾਂਜੀ ਟਾਈਮ ਪਾਸ ਹੋ ਜਾਂਦਾ ਬਸ। ਜਿਹੜੇ ਹਿਸਾਬ ਨਾਲ ਤੁਹਾਡੀ ਹਾਲਾਤ ਆ ਫੌੜੀ ਨਾਲ ਤੁਰਦੇ ਹੋ ਠੀਕ ਹੈ ਜੀ, ਐ ਕੀ ਮਜਬੂਰੀ ਆ ਜਿਹੜਾ ਇਹ ਤੁਹਾਨੂੰ ਇਹ ਕਰਨਾ ਪੈਂਦਾ ਸਭ? ਮੇਰਾ ਭਰਾ ਸੀ ਉਹਦੀ ਮੌਤ ਹੋ ਗਈ ਸੀ, ਉਹਦੇ ਪੈਸੇ ਸੀ ਸਾਨੂੰ ਮਿਲੇ ਨਹੀਂ ਸੀ। ਕੀ ਕਾਰਨ ਸੀ, ਕਾਹਤੋਂ ਹੋਈ ਆ ਮੌਤ ਉਹਦੀ? ਬਸ ਹੀ ਬਾਹਰ ਜਾਣਾ ਸੀ ਤੇ ਕੈਨੇਡਾ 'ਚ ਜਾਣਾ ਸੀ ਤੇ ਪੈਸੇ ਨਹੀਂ ਸੀ ਮਿਲੇ ਸੀ ਉਹਦੇ, ਪੈਸੇ ਨਹੀਂ ਮਿਲੇ ਸਾਨੂੰ, ਜ਼ਮੀਨ ਵੇਚਣੀ ਪੈ ਗਈ, ਫਿਰ ਘਰ ਦੇ ਹਾਲਤ ਆਈ ਬਣ ਗਏ ਜੀ। ਫਿਰ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਆ ਗਈ ਘਰ ਦੀ। ਇੰਨੀ ਕਮਾਈ ਹੋ ਜਾਂਦੀ ਹੈ ਕਿ ਜਿਹਦੇ ਨਾਲ ਘਰ ਦਾ ਗੁਜ਼ਾਰਾ ਹੋ ਜੇ? ਹਾਂਜੀ ਟਾਈਮ ਪਾਸ ਹੋ ਜਾਂਦਾ ਬਸ, ਸੌਦੇ ਪੱਤੇ ਜੋਗੇ ਬਣ ਜਾਂਦੇ ਆ, ਬੱਚਿਆਂ ਨੂੰ ਪੜ੍ਹਾਈ ਜਾਂਦਾ ਮਾੜੇ ਮਾੜੇ ਨੂੰ ਜਿਵੇਂ। ਹਾਂਜੀ ਦੋਸਤੋ, ਮੈਂ ਫਿਰੋਜ਼ ਖਾਨ ਅਤੇ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ। ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਭਦੌੜ ਦੇ ਵਿੱਚ, ਜਿੱਥੇ ਸਾਨੂੰ ਇੱਕ ਨੌਜਵਾਨ ਵੀਰ ਹੈ ਜਿਹੜਾ ਫੌੜੀਆਂ ਦੇ ਨਾਲ ਤੁਰਦਾ ਗਾ, ਇੱਕ ਮਿਹਨਤ ਕਰਦਾ ਦਿਖਾਈ ਦਿੱਤਾ ਗਾ। ਜਿੱਥੇ ਆਪਾਂ ਅਕਸਰ ਹੀ ਦੇਖਦੇ ਹਾਂ ਸ਼ਹਿਰਾਂ ਦੇ ਵਿੱਚ ਬੱਤੀਆਂ ਪੈਂਦੀਆਂ ਨੇ ਜਾਂ ਆਮ ਮਾਰਕੀਟਾਂ ਦੇ ਵਿੱਚ ਕਿਸੇ ਇਹੋ ਜਿਹੇ ਲੋਕ ਆ ਜਿਹੜੇ ਕਿ ਥੋੜ੍ਹਾ ਜਿਹਾ ਅੰਗਹੀਣ ਹੁੰਦੇ ਆ ਪਰ ਉਹ ਮੰਗਦੇ ਫਿਰਦੇ ਆ, ਉਹਨਾਂ ਦੇ ਮੂੰਹ 'ਤੇ ਵੀਰ ਇੱਕ ਕਰੜੀ ਚਪੇੜ ਆ। ਬਹੁਤ ਦੁੱਖ ਆ ਉਹਦੀ ਕਹਾਣੀ ਦੀ, ਜਿਹੜੀ ਆਪਾਂ ਕਹਾਣੀ ਤੁਹਾਨੂੰ ਸੁਣਾਵਾਂਗੇ ਉਹਦੇ ਮਗਰ ਇੱਕ ਬਹੁਤ ਦੁੱਖ ਲੁਕੇ ਹੋਏ ਆ, ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਆ। ਆਓ ਗੱਲਬਾਤ ਕਰਾਉਂਦੇ ਹਾਂ ਵੀਰ ਦੇ ਨਾਲ। ਡੇਲੀ ਜਿਹੜੀ ਉਹ ਸਬਜ਼ੀ ਵੇਚਦਾ ਗਾ, ਟਰਾਈਸਾਈਕਲ ਆ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ, ਤੁਸੀਂ ਦੇਖੋ ਟਰਾਈਸਾਈਕਲ ਦੇ ਉੱਪਰ ਬੈਠਾ ਵੀਰ, ਉਹਦੇ ਨਾਲ ਗੱਲਬਾਤ ਕਰਦੇ ਹਾਂ। ਹਾਂ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹਰਪ੍ਰੀਤ ਜੀ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਕੌਣ ਤੋਂ ਕਰ ਰਹੇ ਹੋ? 5-6 ਸਾਲ ਹੋ ਗਏ ਵੀਰੇ ਜੀ। ਅੱਛਾ ਜੀ। ਹਾਂਜੀ। ਕਿਹੜੀ ਕਿਹੜੀ ਸਬਜ਼ੀ ਹੈ ਜਿਹੜੀ ਤੁਸੀਂ ਵੇਚਦੇ ਹੋ? ਸਬਜ਼ੀ ਸਾਰੀ ਆਪਣੀ ਜਿੰਨੀ ਆਮ ਹੁੰਦੀ ਹੈ ਸਬਜ਼ੀ ਲਿਆਉਣੇ ਆ, ਆਲੂ ਉਲੂ ਹੋ ਗਏ, ਗੰਢੇ ਹੋ ਗਏ ਜੀ, ਸਾਰਾ ਕੁਛ ਹੀ ਪਾਉਣੇ ਆ। ਕਿੱਥੇ ਕਿੱਥੇ ਵੇਚਦੇ ਹੋ ਸਬਜ਼ੀ ਫਿਰ? ਇੱਥੇ ਸ਼ਹਿਰ 'ਚ ਹੀ ਵੇਚਦੇ ਹਾਂ ਜੀ ਆਪਣੇ, ਭਦੌੜ ਸਾਰਾ ਬਾਜ਼ਾਰ ਕੱਢ ਦਿੰਦੇ ਹਾਂ ਆਸੇ ਪਾਸੇ ਘਰਾਂ 'ਚ ਜਾ ਵੜਨਾ। ਵਧੀਆ ਗੁਜ਼ਾਰਾ ਹੋ ਜਾਂਦਾ? ਹਾਂਜੀ ਟਾਈਮ ਪਾਸ ਹੋ ਜਾਂਦਾ ਬਸ। ਅੱਛਾ। ਜਿਹੜੇ ਹਿਸਾਬ ਨਾਲ ਤੁਹਾਡੀ ਹਾਲਾਤ ਆ ਫੌੜੀ ਨਾਲ ਤੁਰਦੇ ਹੋ ਠੀਕ ਹੈ ਜੀ, ਐਂ ਕੀ ਮਜਬੂਰੀ ਆ ਜਿਹੜਾ ਇਹ ਤੁਹਾਨੂੰ ਇਹ ਕਰਨਾ ਪੈਂਦਾ ਸਭ? ਮੇਰਾ ਭਰਾ ਸੀ ਉਹਦੀ ਮੌਤ ਹੋ ਗਈ ਸੀ, ਉਹਦੇ ਪੈਸੇ ਸੀ ਸਾਨੂੰ ਮਿਲੇ ਨਹੀਂ ਸੀ। ਕੀ ਕਾਰਨ ਸੀ, ਕਾਹਤੋਂ ਹੋਈ ਆ ਮੌਤ ਉਹਦੀ? ਬਸ ਹੀ ਬਾਹਰ ਜਾਣਾ ਸੀ ਤੇ ਕੈਨੇਡਾ 'ਚ ਜਾਣਾ ਸੀ ਤੇ ਪੈਸੇ ਨਹੀਂ ਸੀ ਮਿਲੇ ਸੀ ਉਹਦੇ। ਕਿਵੇਂ, ਕਿਸੇ ਏਜੰਟ ਕੋਲੇ ਭਰੇ? ਹਾਂਜੀ ਪੈਸੇ ਭਰੇ ਸੀ, ਮਿਲੇ ਨਹੀਂ ਸੀ, ਬਸ ਜ਼ਮੀਨ ਸਾਡੀ ਜਾਵੜੀ ਫਿਰ ਵਿਕ ਗਈ। ਜਾਣੀ ਤੁਹਾਡਾ ਕਹਿਣ ਦਾ ਮਤਲਬ ਇੱਕ ਏਜੰਟ ਨੂੰ ਤੁਸੀਂ ਬਾਹਰ ਭੇਜਣ ਦੇ ਤੌਰ ਤੇ ਜਿਹੜੇ ਆਪਣੇ ਭਾਈ ਦੇ ਪੈਸੇ ਭਰੇ ਸੀ? ਉਹ ਪੈਸੇ ਭੈਣ ਭਾਈ ਹੋ ਤੁਸੀਂ? ਦੋ ਹੀ ਭਾਈ ਸੀ, ਮੈਂ ਇਕੱਲਾ ਹੀ ਆ, ਉਹ ਵੱਡਾ ਸੀ, ਮਤੋਂ ਵੱਡਾ ਸੀ। ਠੀਕ ਆ। ਉਹਦੇ ਪੈਸੇ ਭਰੇ ਸੀਗੇ? ਹਾਂ ਉਹਦੇ ਪੈਸੇ ਭਰੇ ਸੀ। 10 ਲੱਖ ਰੁਪਈਆ ਸੀ। ਕਿਹੜੇ ਸਾਲ ਚ? 2003 ਚ ਦੀ ਗੱਲ ਆ ਜੀ, 2003 ਦੀ। ਅੱਛਾ, 2003 ਦੇ ਵਿੱਚ ਜਿਹੜਾ ਤੁਸੀਂ ਆਪਣੇ ਭਾਈ ਨੂੰ ਬਾਹਰ ਭੇਜਣ ਵਾਸਤੇ 10 ਲੱਖ ਰੁਪਈਆ ਭਰਿਆ, ਫਿਰ ਉਸ ਤੋਂ ਅੱਗੇ ਕੀ ਹੋਇਆ? ਅਤੇ ਉਹ ਪੈਸੇ ਨਹੀਂ ਮਿਲੇ ਸਾਨੂੰ, ਜ਼ਮੀਨ ਵੇਚਣੀ ਪੈ ਗਈ, ਫਿਰ ਘਰ ਦੇ ਹਾਲਤ ਆਈ ਬਣ ਗਏ ਜੀ। ਹਾਂਜੀ। ਫਿਰ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਆ ਗਈ ਘਰ ਦੀ। ਹੁਣ ਪਰਿਵਾਰ ਦੇ ਵਿੱਚ ਕੌਣ ਕੌਣ? ਮੇਰੀ ਮੰਮੀ ਆ, ਡੈਡੀ ਆ, ਮੇਰੀ ਦਾਦੀ ਆ, ਮੇਰੇ ਬੱਚੇ ਆ 3, ਮੇਰੇ ਘਰ ਦੇ ਆ ਜੀ। ਕਮਾਉਂਦਾ ਕੌਣ? ਮੈਂ ਹੀ ਇਕੱਲਾ ਹੀ ਕਮਾਉਣਾ ਜੀ। ਅੱਛਾ ਜੀ। ਹਾਂ ਮੈਂ ਹੀ ਆ, ਜੋ ਕੁਛ ਕਰਨਾ ਸਾਰਾ ਮੈਂ ਹੀ ਕਮਾਉਣਾ। ਇੰਨੀ ਕਮਾਈ ਹੋ ਜਾਂਦੀ ਹੈ ਕਿ ਜਿਹਦੇ ਨਾਲ ਘਰ ਦਾ ਗੁਜ਼ਾਰਾ ਹੋ ਜੇ? ਹਾਂਜੀ ਟਾਈਮ ਪਾਸ ਹੋ ਜਾਂਦਾ ਬਸ, ਸੌਦੇ ਪੱਤੇ ਜੋਗੇ ਬਣ ਜਾਂਦੇ ਆ, ਬੱਚਿਆਂ ਨੂੰ ਪੜ੍ਹਾਈ ਜਾਂਦਾ ਮਾੜੇ ਮਾੜੇ ਨੂੰ ਜਿਵੇਂ। ਠੀਕ ਹੈ ਜੀ। ਜਿਹੜੀ ਭਾਈ ਦੀ ਪੇਮੈਂਟ ਤੁਸੀਂ ਭਰੀ ਸੀ ਬਾਹਰ ਜਾਣ ਦੇ ਨਾਂ 'ਤੇ, ਵਿਦੇਸ਼ ਜਾਣ ਦੇ ਨਾਂ 'ਤੇ ਜਿਹੜੀ ਪੇਮੈਂਟ ਭਰੀ ਸੀ, ਉਹਨੂੰ ਵਾਪਸ ਆ ਗਈ? ਨਹੀਂ ਜੀ, ਵਾਪਸ ਨਹੀਂ ਮਿਲੇ। ਅੱਛਾ ਜੀ। ਭਾਈ ਦਾ ਦੁਨੀਆ ਤੋਂ ਚਲੇ ਜਾਣ ਦਾ ਕੀ ਕਾਰਨ ਸੀ? ਬਸ ਟੈਂਸ਼ਨ ਕਰਕੇ ਉਹਦੀ ਮੌਤ ਹੋ ਗਈ ਜੀ। ਅੱਛਾ ਜੀ। ਹਾਂਜੀ ਟੈਂਸ਼ਨ ਸੀ, ਯਾਨੀ ਕਿ ਉਹਨੇ ਪੈਸਿਆਂ ਦੀ ਉਦੋਂ ਬਾਅਦ ਟੈਂਸ਼ਨ ਲੈਣੀ ਸ਼ੁਰੂ ਕਰ। ਹਾਂਜੀ ਟੈਂਸ਼ਨ ਪੈਸਿਆਂ ਦੀ ਵਾਲੀ। ਹਾਂ ਠੀਕ ਹੈ ਜੀ। ਅਤੇ ਜਿਹੜੇ ਵੀਰੇ ਦੇਖੋ, ਤੁਸੀਂ ਦੋਨੇ ਫੌੜੀਆਂ ਨੂੰ ਤੁਰਦੇ ਹੋ ਨਾ, ਕੁਛ ਲੋਕ ਆ ਜਿਹੜੇ ਆਮ ਛੋਟਾ ਜਿਹਾ ਬਹਾਨਾ ਕਰ ਲੈਂਦੇ ਆ, ਲਾਤੇ ਹੱਥ ਕਰਨ ਲੱਗ ਮੰਗਣ ਲੱਗ ਜਾਂਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਨਹੀਂ ਮੰਗਣ ਨਾਲ ਤਾਂ ਮਿਹਨਤ ਕਰੋ ਜੀ, ਮੰਗ ਕੇ ਕੀ ਖਾਣਾ ਜੀ। ਹਾਂਜੀ ਹਾਂਜੀ। ਜੇ ਆਪਣੇ ਹੱਥ ਕੰਮ ਕਰਦੇ, ਹੱਥ ਨਾਲ ਕੰਮ ਕਰੋ, ਜੇ ਆਪ ਲੱਤਾਂ ਬਾਹਾਂ ਕੰਮ ਕਰੋ, ਹਾਂਜੀ ਉਹਦਾ ਗਲਤ ਗੱਲ ਹੈ। ਮੈਂ ਕੰਮ ਕਰਦਾ ਆਪਦਾ ਟਾਈਮ ਪਾਸ ਕਰੀ ਜਾਂਦਾ। ਹਾਂਜੀ ਹਾਂਜੀ। ਹਾਂ ਮੈਂ ਤੂੰ ਸਬਜ਼ੀ ਲਿਆ, ਆਲੂ ਲਿਆ, ਕੰਮ ਕਰਦੇ ਹਾਂ, 2 ਪੈਸੇ ਬਣਦੇ ਆ ਜੀ। ਠੀਕ ਹੈ ਜੀ। ਗਲਤ ਗੱਲ ਆ ਜੀ ਉਹਨਾਂ ਵਾਸਤੇ, ਆਪਾਂ ਤਾਂ ਇਹ ਗਲਤ ਕਹਿੰਦੇ ਹਾਂ ਜਿਹੜੇ ਬੰਦੇ ਇਹ ਜਿਹਾ ਕੰਮ ਕਰਦੇ। ਹਰਪ੍ਰੀਤ ਜੀ, ਜਿਹੜੇ ਤੁਹਾਡੇ ਮੰਮੀ ਡੈਡੀ ਆ, ਉਹਨਾਂ ਦੀ ਪੈਨਸ਼ਨ ਲੱਗੀ ਹੋਈ ਆ? ਨਹੀਂ ਜੀ, ਲੱਗੀ ਨਹੀਂ ਸੀ, ਮੇਰੀ ਆਪਦੀ ਆਨਲਾਈਨ ਲਵਾਈ ਸੀ ਪੈਨਸ਼ਨ, ਮੈਂ ਬਹੁਤ ਗੇੜੇ ਲਵਾਏ ਸੀ। ਅੱਛਾ ਜੀ। ਹਾਂ ਤਾਂ ਲੱਗੀ, ਫਿਰ ਸਾਧ ਨਹੀਂ ਸੀ ਜੀ ਮੇਰੇ ਕੋਲ ਜਾਣ ਲਾਉਣ ਦਾ ਜੀ, ਉਹਨਾਂ ਤਾਂ ਨਹੀਂ ਲਵਾਈ ਮੈਂ। ਨਹੀਂ ਹੁਣ ਪੈਨਸ਼ਨ ਲੱਗੀ ਨਹੀਂ ਤੇਰੇ ਮਾਂ ਬਾਪ ਦੀ? ਨਹੀਂ ਲੱਗੀ ਨਹੀਂ ਉਹਨਾਂ ਦੀ।
ਹਾਂਜੀ ਦੋਸਤੋ, ਇਸ ਨਾਲ ਹਰਪ੍ਰੀਤ ਜੀ ਗੱਲਬਾਤ ਕੀਤੀ ਹੈ। ਇਹਨੇ ਦੱਸਿਆ ਕਿ ਵਿਦੇਸ਼ ਜਾਣ ਦੇ ਨਾਂ 'ਤੇ ਜਿਹੜੀ 10 ਲੱਖ ਦੀ ਠੱਗੀ ਇਹਨਾਂ ਨਾਲ ਬਚ ਚੁੱਕੀ ਹੈ। ਇਹਨਾਂ ਦੇ ਵੱਡੇ ਭਾਈ ਆ ਜਿਹੜਾ ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਪਰ ਉਸ 10 ਲੱਖ ਦੀ ਠੱਗੀ ਦੇ ਨਾਲ ਨਾਲ ਜਿਹੜਾ ਭਾਈ ਆ ਉਹ ਵੀ ਦੁਨੀਆ ਤੋਂ ਚਲਿਆ ਗਿਆ, ਐਂਡ ਟੈਨਸ਼ਨ ਲੈਣੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਲਗਾਤਾਰ ਆ ਜਿਹੜੀ ਇਹ 'ਤੇ ਪਰਿਵਾਰਕ ਜ਼ਿੰਮੇਵਾਰੀ ਪੈ ਗਈ, ਪਰਿਵਾਰ ਦਾ ਖਰਚਾ ਚਲਾਉਣਾ ਉਹ ਵੀ ਇੱਕ ਇਹਦੇ ਜ਼ਿੰਮੇਵਾਰੀ ਬਣ ਗਈ। ਮਾਂ ਬਾਪ ਆ, ਦਾਦੀ ਆ, ਪਰਿਵਾਰ ਦੇ ਵਿੱਚ ਇਹਦੇ ਬੱਚੇ ਆ, ਆਪਣੀ ਫੈਮਿਲੀ ਵੀ ਆ, ਉਹਨਾਂ ਨੂੰ ਜਿਹੜਾ ਰੋਜ਼ਾਨਾ ਜਿਹੜਾ ਖਵਾਉਣਾ ਪੈਂਦਾ ਉਹਨੂੰ ਲੈ ਕੇ ਆ ਜਿਹੜਾ ਇਹ ਰੋਜ਼ਾਨਾ ਆਪਣੀ ਮਿਹਨਤ ਕਰਦਾ। ਅਤੇ ਨਾਲ ਦੀ ਨਾਲ ਇਹਨੇ ਵੀਰ ਨੇ ਕਿਹਾ ਕਿ ਜਿਹੜੇ ਲੋਕ ਮੰਗ ਕੇ ਖਾਂਦੇ ਆ ਉਹ ਬਹੁਤ ਬੁਰੀ ਗੱਲ ਆ, ਅਤੇ ਖਾਸ ਤੌਰ 'ਤੇ ਮੈਂ ਉਹਨਾਂ ਨੂੰ ਕਹਿਣਾ ਕਿ ਇਹ ਵੀਰ ਨੂੰ ਲਾਜ਼ਮੀ ਦੇਖਣ, ਦੋਨੇ ਫੌੜੀਆਂ 'ਤੇ ਤੁਰਦਾ ਵੀਰ ਇਹ, ਅਤੇ ਅੱਜ ਪਰਿਵਾਰਕ ਜ਼ਿੰਮੇਵਾਰੀਆਂ ਜਿਹੜੀਆਂ ਆਪ ਨਿਭਾ ਰਹੇ ਆ। ਪਰ ਇੱਥੇ ਵੀਰ ਨੇ ਗੱਲ ਹੋਰ ਵੀ ਦੱਸੀ ਹੈ ਕਿ ਜਿਹੜੇ ਇਹਨਾਂ ਦੇ ਬੁੱਢੇ ਮਾਂ ਬਾਪ ਆ ਉਹਨਾਂ ਦੀ ਪੈਨਸ਼ਨ ਵੀ ਨਹੀਂ ਲੱਗੀ ਹੋਈ ਬਿਨਾਂ ਪੈਨਸ਼ਨ ਤੋਂ, ਕਿਉਂਕਿ ਇਹਨੇ ਦੱਸਿਆ ਮੈਂ ਆਉਣ ਜਾਣ ਤੋਂ ਅਸਮਰਥ ਹਾਂ, ਕਿਤੇ ਨਹੀਂ ਜਾ ਸਕਦਾ, ਦਫ਼ਤਰਾਂ ਸਰਕਾਰੀ ਦਫ਼ਤਰਾਂ 'ਚ ਚੱਕਰ ਆ ਜਿਹੜੇ ਨਹੀਂ ਕੱਢ ਸਕਦਾ, ਪਰ ਮੇਰੇ ਮਾਂ ਬਾਪ ਆ ਜਿਹੜੇ ਉਹ ਪੈਨਸ਼ਨ ਦੇ ਯੋਗ ਨੇ, ਪੈਨਸ਼ਨ ਨਹੀਂ ਲੱਗੀ। ਇਸ ਕਰਕੇ ਮੈਂ ਵੀ ਰਿਕੁਐਸਟ ਕਰਦਾ ਕਿ ਜੇ ਕੋਈ ਵੀਰ ਕਹਿੰਦਾ ਸੁਣਦਾ ਹੋਵੇ ਜਾਂ ਕੋਈ ਸਰਕਾਰੀ ਮੁਲਾਜ਼ਮ ਹੋਵੇ, ਪਲੀਜ਼ ਇਸ ਪਰਿਵਾਰ ਦੀ ਹੈਲਪ ਲਾਜ਼ਮੀ ਕੀਤੀ ਜਾਵੇ। ਮਿਲਦੇ ਹਾਂ ਕਿਸੇ ਹੋਰ ਨਵੀਂ ਥਾਂ 'ਤੇ ਨਵੀਂ ਸਟੋਰੀ ਦੇ ਨਾਲ। ਕੈਮਰਾਮੈਨ ਪਰਮਿੰਦਰ ਹਮੀਦੀ ਦੇ ਨਾਲ ਫਿਰੋਜ਼ ਖਾਨ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਬਣੇ ਰਹੋ ਸਕਰੋਲ ਪੰਜਾਬ ਦੇ ਨਾਲ।